ਇਸ ਯੂਅਰ ਬੋਡੀ ਹੋਰੀ ਬਾਬਾ ਇੰਡੀਆ ਲਿਓ ਜੋ ਲੋਕ ਵਿਦੇਸ਼ਾਂ ਵਿੱਚ ਰਹਿੰਦੇ ਉਹਨਾਂ ਕੋਲ ਬਹੁਤ ਜ਼ਿਆਦਾ ਪੈਸਾ ਤੇ ਉਹ ਬਹੁਤ ਉੱਥੇ ਇੰਜੋਏ ਕਰਦੇ ਆ, ਪੂਰਾ ਉਹਨਾਂ ਦੇ ਮਤਲਬ ਕਿ ਫਨ ਹੀ ਫਨ ਆ। ਸੋ ਦੋਸਤੋ, ਇਸ ਗੱਲ ਦਾ ਸਪਸ਼ਟੀਕਰਨ ਕਰਦੇ ਹੋਏ ਪੰਜਾਬੀ ਸਿੰਗਰ ਆਰਨੇਤ ਨੇ ਇੱਕ ਗੀਤ ਗਾਇਆ, ਕਿਉਂਕਿ ਇੰਨੀ ਦਿਨੀ ਆਰਨੇਤ ਵੀ ਕੈਨੇਡਾ ਗਏ ਹੋਏ ਆ। ਉਹਨਾਂ ਨੇ ਦੱਸਿਆ ਕਿ ਜੋ ਲੋਕ ਇਹ ਸੋਚਦੇ ਆ ਕਿ ਜੋ ਵਿਦੇਸ਼ਾਂ ਵਿੱਚ ਰਹਿੰਦੇ ਆ ਉਹਨਾਂ ਦੇ ਖੂਬ ਨਜ਼ਾਰੇ ਆ, ਉਹਨਾਂ ਨੂੰ ਵਹਿਮ ਹੀ ਆ। ਤੇ ਆਓ ਦੋਸਤੋ, ਸਭ ਤੋਂ ਪਹਿਲਾਂ ਆਪਾਂ ਆਰਨੇਤ ਦਾ ਗੀਤ ਸੁਣ ਲੈਂਦੇ ਆ। ਹੋ ਸਿਰ ਖੁਰਕਣ ਦੀ ਵੇਲ ਨਹੀਂ, ਖਿੱਚ ਖਿੱਚ ਕੇ ਸ਼ਿਵਟਾਂ ਲਾਵਾਂ, ਸੱਚ ਪੁੱਛਣ ਦੇ ਮਾਏ ਸਕੂਨ ਨਹੀਂ, ਬਸ ਢਿੱਡ ਭਰਨ ਲਈ ਖਾਵਾਂ। ਉਹ ਤੇਰੇ ਹੱਥਾਂ ਦੀਆਂ ਪੱਕੀਆਂ ਦੇ, ਤੇਰੇ ਹੱਥਾਂ ਦੀਆਂ ਪੱਕੀਆਂ ਦੇ ਕੋਈ ਨਾ ਲਾਗੇ ਲੱਗੇ। ਹੈ ਫਿੱਕੀ ਲੱਗਦੀ ਫਰਨ ਚ ਮਨੀਲਾ, ਮਾਏ ਨੀ ਤੇਰੀ ਚਾਹ ਦੇ ਅੱਗੇ। ਹੋ ਫਿੱਕੀ ਲੱਗਦੀ ਫਰਨ ਚ ਮਨੀਲਾ, ਮਾਏ ਨੀ ਤੇਰੀ ਚਾਹ ਦੇ ਅੱਗੇ। ਇੰਡੀਆ ਲਿਓ ਵਹਿਮ ਹੀ ਹੈ ਕਿ ਬਾਹਰ ਵਾਲੇ ਨਜ਼ਾਰੇ ਲੈਂਦੇ ਆ, ਇੱਕ ਵਾਰੀ ਆ ਕੇ ਦੇਖੋ। ਲਵ ਯੂ ਸਭ ਨੂੰ, ਥੈਂਕ ਯੂ। ਸੋ ਦੋਸਤੋ, ਜਿਵੇਂ ਤੁਸੀਂ ਗੀਤ ਸੁਣਿਆ, ਜਿਸ ਵਿੱਚ ਆਰਨੇਤ ਨੇ ਬਹੁਤ ਸਾਰੀਆਂ ਗੱਲਾਂ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਜੋ ਬੰਦੇ ਵਿਦੇਸ਼ਾਂ ਵਿੱਚ ਰਹਿੰਦੇ ਆਪਣੇ ਪਰਿਵਾਰ ਆਪਣੇ ਮਾਤਾ ਪਿਤਾ ਨੂੰ ਮਿਸ ਕਰਦੇ ਆ। ਅਤੇ ਦੋਸਤੋ, ਉਹਨਾਂ ਨੇ ਇਹ ਵੀ ਦੱਸਿਆ ਕਿ ਉੱਥੇ ਕਿਸ ਤਰ੍ਹਾਂ ਦੇ ਹਾਲਾਤ ਆ। ਮੈਨੂੰ ਉਮੀਦ ਆ ਤੁਹਾਨੂੰ ਦੋਸਤੋ ਵੀਡੀਓ ਵਧੀਆ ਲੱਗੀ ਹੋਊਗੀ। ਜੇ ਦੋਸਤੋ ਵੀਡੀਓ ਵਧੀਆ ਲੱਗੀ, ਤੁਸੀਂ ਆਰਨੇਤ ਦੇ ਫੈਨ ਆ, ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅਤੇ ਨਾਲ ਦੀ ਨਾਲ ਇਸ ਵੀਡੀਓ ਦੇ ਹੇਠਾਂ ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਦਿਓ ਕਿ ਜੋ ਗੀਤ ਆਰਨੇਤ ਨੇ ਗਾਇਆ ਤੁਹਾਨੂੰ ਉਹ ਗੀਤ ਕਿਸ ਤਰ੍ਹਾਂ ਦਾ ਲੱਗਿਆ। ਅਤੇ ਦੋਸਤੋ, ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰ ਦਿਓ। ਅਤੇ ਅੰਤ ਵਿੱਚ ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੋਲੀ ਬਾਬਾ ਜੀ ਨਹੀਂ ਸਬਸਕ੍ਰਾਈਬ ਕੀਤਾ, ਤਾਂ ਇਸੇ ਤਰ੍ਹਾਂ ਦੀਆਂ ਵਧੀਆ ਵਧੀਆ ਵੀਡੀਓ ਹਰ ਰੋਜ਼ ਵੇਖਣ ਲਈ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਨਾਲ ਦੀ ਨਾਲ ਬੈੱਲ ਦੇ ਬਟਨ 'ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਪਹੁੰਚ ਸਕੇ। ਇੰਨੇ ਸ਼ਬਦ ਨਾਲ ਮੈਨੂੰ ਦਿਓ ਇਜਾਜ਼ਤ, ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ। ਤੁਸੀਂ ਖੁਸ਼ ਰਹੋ, ਤੰਦਰੁਸਤ ਰਹੋ। ਸਤਿ ਸ਼੍ਰੀ ਅਕਾਲ ਜੀ।